ਏਕਮ ਸਿੱਖ ਮੋਬਾਈਲ ਐਪਲੀਕੇਸ਼ਨ ਗੁਰਦੁਆਰਾ ਪ੍ਰਬੰਧਕ ਅਤੇ ਸਾਧ ਸੰਗਤ ਨੂੰ ਦਿਮਾਗ ਵਿੱਚ ਰੱਖ ਕੇ ਬਣਾਈ ਗਈ ਹੈ। ਗੁਰਦੁਆਰਾ ਪ੍ਰਬੰਧਕ ਸੰਗਤ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਦੇ ਸਕਦੇ ਹੈ ਏਕਮ ਸਿੱਖ ਮੋਬਾਈਲ ਜ਼ਰੀਏ। ਪਿਕਚਰਸ, ਵੀਡੀਓਜ਼, ਆਡੀਓ ਫਾਈਲਸ, ਸਵੇਰ ਦਾ ਮੁੱਖ ਵਾਕ, ਗੁਰਦੁਆਰੇ ਦੀ ਲੋੜਵੰਦ ਦੀਆਂ ਚੀਜ਼ਾਂ, ਕੋਈ ਐਮਰਜੈਂਸੀ ਇਨਫੋਰਮੇਸ਼ਨ, ਇੱਥੋਂ ਤੱਕ ਕਿ ਗੁਰਦੁਆਰੇ ਵਿੱਚ ਹੋਣ ਵਾਲੇ ਸਾਰੇ ਪ੍ਰੋਗਰਾਮਸ ਦੀ ਉਹ ਇੱਕ ਇਵੈਂਟ ਬਣਾ ਕੇ ਸੰਗਤ ਨਾਲ ਸ਼ੇਅਰ ਕਰ ਸਕਦੇ ਨੇ। ਸੰਗਤ ਇੱਕ ਨਹੀਂ ਪਰ ਸੰਸਾਰ ਭਰ ਦੇ ਗੁਰਦੁਆਰੇ ਇਸ ਐਪ ਵਿੱਚ ਚੁਣ ਸਕਦੀ ਹੈ। ਇੱਥੇ ਤੱਕ ਇੱਛੁਕ ਸੰਗਤ ਗੁਰਦੁਆਰਾ ਪ੍ਰਬੰਧਕ ਨਾਲ ਰਲ ਕੇ ਪ੍ਰਚਾਰਕ ਵੀ ਬਣ ਸਕਦੀ, ਜਿਹਨੂੰ ਅਸੀਂ ਫੀਡਰਸ ਕਵਾਂਗੇ। ਕੋਈ ਨਵੀਂ ਜਗ੍ਹਾ ਸਫ਼ਰ ਕਰਦੇ ਹੋਏ ਗੁਰਦੁਆਰੇ ਦੀ ਐਗਜੈਕਟ ਲੋਕੇਸ਼ਨ ਸੰਗਤ ਇਸ ਐਪ ਰਾਹੀਂ GPS ਵੀ ਕਰ ਸਕਦੀ ਹੈ। ਤਰਨਦੀਪ, ਜਿਵੇਂ ਕਿ ਇੱਕ ਨਵੀਂ ਅਤੇ ਆਪਣੇ ਤਰੀਕੇ ਦੀ ਪਹਿਲੀ ਐਪਲੀਕੇਸ਼ਨ ਹੈ, ਕਿ ਸਾਰੇ ਗੁਰਦੁਆਰਾ ਸਾਹਿਬ ਇਸ ਐਪਲੀਕੇਸ਼ਨ 'ਤੇ ਰਜਿਸਟਰਡ ਨੇ ਜਾਂ ਦਿਸਦੇ ਨੇ? ਬਹੁਤ ਅੱਛਾ ਸਵਾਲ ਹੈ ਹਰਮਨ। ਏਕਮ ਸਿੱਖ ਟੀਮ ਆਪਣੇ ਵੱਲੋਂ ਦੇਸ਼ ਵਿਦੇਸ਼ ਦੇ ਗੁਰਦੁਆਰੇ ਪ੍ਰਬੰਧਕਾਂ ਨਾਲ ਮਿਲ ਕੇ ਰਜਿਸਟ੍ਰੇਸ਼ਨ ਵਾਸਤੇ ਪ੍ਰਯਾਸ ਕਰ ਰਹੀ ਹੈ। ਇਹਦੇ ਵਾਸਤੇ ਸਾਡੀ ਸਾਰੀ ਸਮੂਹ ਸਾਧ ਸੰਗਤ ਨਾਲ ਵੀ ਇੱਕ ਬੇਨਤੀ ਹੈ ਕਿ ਉਹ ਆਪਣੇ ਨਜ਼ਦੀਕੀ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਮਿਲਣ ਅਤੇ ਇਸ ਐਪ ਬਾਰੇ ਦੱਸ ਕੇ ਉਹਨਾਂ ਨੂੰ ਰਜਿਸਟਰ ਕਰਵਾਉਣ। ਸਾਧ ਸੰਗਤ ਦਾ ਇਹ ਉਪਰਾਲਾ, ਇਹ ਯੋਗਦਾਨ ਬਹੁਤ ਕੀਮਤੀ ਯੋਗਦਾਨ ਰਹੇਗਾ। ਅੱਛਾ ਰਣਦੀਪ ਜੀ, ਫਿਰ ਇਹ ਦੱਸੋ ਕਿ ਏਕਮ ਸਿੱਖ ਗੁਰਦੁਆਰਾ ਸਾਹਿਬ ਲਈ ਕਿਵੇਂ ਫਾਇਦੇਮੰਦ ਹੈ? ਹਰਮਨ, ਸੰਸਾਰ ਦੇ ਸਾਰੇ ਗੁਰਦੁਆਰੇ ਸਾਹਿਬ ਇੱਕ ਮੋਬਾਈਲ ਐਪ 'ਤੇ ਹੋਣਾ ਆਪਣੇ ਆਪ ਵਿੱਚ ਵੀ ਇੱਕ ਮੁਕਾਮ ਹੈ। ਅੱਜ ਵੀ ਬਹੁਤ ਸਾਰੀ ਵੱਖ ਵੱਖ ਸੋਸ਼ਲ ਮੀਡੀਆ 'ਤੇ ਹੋ ਰਿਹਾ ਹੈ, ਪਰ ਸਾਡਾ ਮਕਸਦ ਇੱਕ ਸਿੱਖ ਕਮਿਊਨੀਕੇਸ਼ਨ ਪਲੇਟਫਾਰਮ ਬਣਾਉਣ ਦਾ ਹੈ। ਹੋਰ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮਸ, ਇਨਫੋਰਮੇਸ਼ਨ, ਉਪਰਾਲੇ, ਇੱਥੇ ਤੱਕ ਕਿ ਬਾਕੀ ਹੋਰ ਗੁਰਦੁਆਰਿਆਂ ਨਾਲ ਟੈਕਨੋਲੋਜੀ ਰਾਹੀਂ ਜੁੜਨਾ ਏਕਮ ਸਿੱਖ 'ਤੇ ਹੋ ਸਕਦਾ ਹੈ। ਪਿਕਚਰਸ, ਵੀਡੀਓਜ਼, ਸਰਵੇ, ਪ੍ਰੋਗਰਾਮਸ ਦੇ ਇਨਵਾਈਟ ਵੀ ਸਾਧ ਸੰਗਤ ਨੂੰ ਇਸ ਐਪਲੀਕੇਸ਼ਨ ਰਾਹੀਂ ਭੇਜੇ ਜਾ ਸਕਦੇ ਨੇ। ਏਕਮ ਸਿੱਖ ਗੁਰਦੁਆਰਾ ਸਾਹਿਬ ਅਤੇ ਸਾਧ ਸੰਗਤ ਨੂੰ ਟੈਕਨੋਲੋਜੀ ਰਾਹੀਂ ਜੋੜਨ ਦੀ ਇੱਕ ਮਜ਼ਬੂਤ ਕੋਸ਼ਿਸ਼ ਹੈ। ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਮੋਬਾਈਲ ਐਪਲੀਕੇਸ਼ਨ ਨੂੰ ਸਿੱਖੀ ਕਮਿਊਨੀਕੇਸ਼ਨ ਦਾ ਇੱਕ ਸਾਂਝਾ ਅਤੇ ਸੰਪੂਰਨ ਪਲੇਟਫਾਰਮ ਬਣਾਉਣ 'ਚ ਆਪਣਾ ਪੂਰਾ ਯੋਗਦਾਨ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।